ਅੱਜ ਅਸੀਂ ਵਾਰਡ ਨੰਬਰ 3/1 ਜੋ ਕਿ ਸਾਡਾ ਹੀ ਵਾਰਡ ਆ, ਇਹਦੇ ਵਿੱਚ ਅਸੀਂ ਕੌਂਸਲਰ ਹਾਂ, ਮੇਰੀ ਵਾਈਫ ਅਤੇ ਪਹਿਲੋਂ ਮੈਂ ਸੀਗਾ। ਅਤੇ ਅੱਜ ਇੱਕ ਹਫ਼ਤੇ ਬਾਅਦ ਦੂਸਰੀ ਚੋਰੀ ਜਿਹੜੀ ਆ ਹੋ ਗਈ ਆ। ਪਹਿਲੋਂ ਆ ਸਾਹਮਣੇ ਕੋਠੀ 'ਚ ਹੋਈ ਸੀਗੀ ਅਤੇ ਹੁਣ ਇਹ ਉੱਤੋਂ ਓਪੋਜਿਟ ਦੂਸਰੀ ਕੋਠੀ 'ਚ ਹੋਈ ਆ ਕਿ ਵਿਦੇਸ਼ ਵਿੱਚ ਰਹਿੰਦੇ ਆ ਉਹ, ਅਤੇ ਪਰ ਉਹਨਾਂ ਦੇ ਭਾਈ ਸਾਹਿਬ ਜਿਹੜੇ ਹੈਗੇ ਆ ਉਹ ਕੋਠੀ ਦੀ ਦੇਖਭਾਲ ਜਿਹੜੀ ਆ ਲੁੱਕ ਆਫਟਰ ਉਹੀ ਕਰਦੇ ਸੀਗੇ। ਅੱਜ ਜਦੋਂ ਉਹ ਸਵੇਰੇ ਆਏ ਆ ਸਫਾਈ ਸਫੂਈ ਕਰਨ ਜਾਂ ਪਾਣੀ ਪੂਣੀ ਛੱਡਣ ਇੱਥੇ ਟੈਂਕੀ 'ਚ, ਤਾਂ ਉਹਨਾਂ ਨੇ ਦੇਖਿਆ ਤੇ ਦਰਵਾਜ਼ੇ ਟੁੱਟੇ ਹੋਏ ਸੀਗੇ, ਘਰ LCD ਸਿਲੰਡਰ ਪ੍ਰੈਸਾਂ ਕੋਈ ਹੋਰ ਜ਼ਰੂਰੀ ਸਮਾਨ ਜਿਹੜਾ ਰਸੋਈ ਦਾ ਹੋਇਆ ਜਾਂ ਕੋਈ ਅਲਮਾਰੀ ਦੇ ਵਿੱਚੋਂ ਜਿਹੜਾ ਗਿਆ ਆ, ਜਿਹੜਾ ਇਹਨਾਂ ਨੂੰ ਨਹੀਂ ਪਤਾ, ਉਹ ਸਾਰਾ ਚੋਰੀ ਕਰਕੇ ਲੈ ਗਏ ਆ। ਅਤੇ ਰਾਤ ਭਰ ਉਹ ਅੰਦਰ ਬੈਠ ਕੇ ਬੀੜੀਆਂ ਬੂੜੀਆਂ ਫੂਕਦੇ ਰਹੇ, ਉੱਥੇ ਬੀੜੀਆਂ ਵੀ ਆ ਅਤੇ ਮਾਚਸਾਂ ਵੀ ਆ। ਅਤੇ ਇਸ ਤਰੀਕੇ ਦੇ ਨਾਲ ਦਿਨ ਬਾ ਦਿਨ ਜਿਹੜਾ ਆ ਇਹ ਚੋਰੀਆਂ ਦਾ ਸਿਲਸਿਲਾ ਬਹੁਤ ਵੱਧ ਰਿਹਾ ਆ। ਅਤੇ ਅਸੀਂ ਇਹੋ ਹੀ ਪੁਲਿਸ ਅੱਗੇ ਫਰਿਆਦ ਕਰਾਂਗੇ ਕਿ ਇਹਨਾਂ ਉੱਤੇ ਨਕੇਲ ਪਾਈ ਜਾਵੇ ਅਤੇ ਜਲਦ ਤੋਂ ਜਲਦ ਜਿਹੜਾ ਹੈਗਾ ਇਹਨਾਂ ਚੋਰਾਂ ਨੂੰ ਜਿਹੜਾ ਆ ਫੜਿਆ ਜਾਵੇ ਅਤੇ ਗਾਂਹ ਤੋਂ ਇਹਨਾਂ 'ਤੇ ਅੰਕਸ਼ ਲਗਾਇਆ ਜਾਵੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਆਪਣੇ, ਮੈਂ ਨਾ ਮੇਰੇ ਭਰਾ ਇੱਕ ਵੱਡਾ ਬਾਹਰ ਆ ਅਤੇ ਮੈਂ ਆ ਕੇ ਅਤੇ ਆਪਣੇ ਪਾਣੀ ਵੇਖਿਆ, ਪਾਣੀ ਦੀ ਆ ਕੇ ਟੈਂਕ ਟੂੰਕੀ ਵੇਖੀ, ਜਾ ਕੇ ਪਾਣੀ ਪੂਣੀ ਛੱਡਣਾ ਚਾਹਿਆ ਅਤੇ ਆ ਕੇ ਵੇਖਿਆ ਤਾਰ ਟੁੱਟਾ ਸੀਗਾ ਅਤੇ ਅੰਦਰ ਵੜਿਆ ਅਤੇ LCD ਹੈ ਨੀਗੀ ਅਤੇ ਆਪਣੇ ਪ੍ਰੈਸ ਹੈ ਨੀਗੀ, ਸਿਲੰਡਰ ਹੈ ਨੀਗਾ ਅਤੇ ਕੁਛ ਵੀ ਹੈ ਨੀਗਾ ਅਤੇ ਹੋਰ ਵੀ ਕਾਫੀ ਇਹਨਾਂ ਦਾ ਸਮਾਨ ਪਤਾ ਨਹੀਂ ਕੀ ਲੈ ਕੇ ਇਸ ਬਾਰੇ ਸਾਨੂੰ ਨਹੀਂ ਪਤਾ ਕੀ ਸੀ ਵਿੱਚ ਇਹਦੇ। ਪਰ ਹੁਣ ਇਹਨਾਂ ਦੇ ਚੋਰਾਂ 'ਤੇ ਨਕੇਲ ਪਾਉਣੀ ਚਾਹੀਦੀ ਆ, ਇਹਨਾਂ ਚੋਰਾਂ ਨੂੰ ਫੜਨਾ ਚਾਹੀਦਾ ਵਾ, ਭਜਨਾ ਸਿਖਾ ਕੇ ਜਿੱਦਾਂ ਮਰਜ਼ੀ ਇਹਨਾਂ ਚੋਰਾਂ 'ਤੇ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਘਰ ਦੇ ਸਾਹਮਣੇ ਵੀ ਚੋਰੀ ਹੋ ਗਈ ਇੱਕ, ਉਹ ਵੀ ਦੇਖਣੀ ਚਾਹੀਦੀ, ਇੱਕ ਹਫ਼ਤਾ ਪਹਿਲਾਂ ਸਾਡੇ ਘਰ ਦੇ ਸਾਹਮਣੇ ਚੋਰੀ ਹੋ ਗਈ, ਉਹ ਵੀ ਦੇਖਣੀ ਚਾਹੀਦੀ ਆ। ਇਹਨਾਂ ਸਾਰੀ ਕਾਰਵਾਈ ਕਰਨੀ ਚਾਹੀਦੀ ਆ। ਇਹਨਾਂ ਰਾਤ ਨੂੰ ਪੈਂਦੇ ਆ, ਜਿੰਨੇ ਵਜੇ ਪੈਂਦੇ, ਅਸੀਂ 10-11 ਵਜੇ ਤੱਕ ਤਾਂ ਅਸੀਂ ਪੂਰੀ ਰਾਖੀ ਕਰੀ ਦੀ ਆ, ਪਰ 10-11 ਤੋਂ ਪਿੱਛੋਂ ਇਹ ਆਉਂਦੇ ਆ, ਇਹ ਨਸ਼ਿਆਂ ਵਾਲੇ ਬੰਦੇ ਆ, ਇਹ ਆਪਣੇ ਅਫੀਮਾਂ ਵਾਲੇ ਬੰਦੇ ਆ, ਇਹਨਾਂ ਨੂੰ ਫੜਿਆ ਜਾਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਅੱਜ ਅਸੀਂ ਵਾਰਡ ਨੰਬਰ 3/1 ਜੋ ਕਿ ਸਾਡਾ ਹੀ ਵਾਰਡ ਆ, ਇਹਦੇ ਵਿੱਚ ਅਸੀਂ ਕੌਂਸਲਰ ਹਾਂ, ਮੇਰੀ ਵਾਈਫ ਅਤੇ ਪਹਿਲੋਂ ਮੈਂ ਸੀਗਾ। ਅਤੇ ਅੱਜ ਇੱਕ ਹਫ਼ਤੇ ਬਾਅਦ ਦੂਸਰੀ ਚੋਰੀ ਜਿਹੜੀ ਆ ਹੋ ਗਈ ਆ। ਪਹਿਲੋਂ ਆ ਸਾਹਮਣੇ ਕੋਠੀ 'ਚ ਹੋਈ ਸੀਗੀ ਅਤੇ ਹੁਣ ਇਹ ਉੱਤੋਂ ਓਪੋਜਿਟ ਦੂਸਰੀ ਕੋਠੀ 'ਚ ਹੋਈ ਆ ਕਿ ਵਿਦੇਸ਼ ਵਿੱਚ ਰਹਿੰਦੇ ਆ ਉਹ, ਅਤੇ ਪਰ ਉਹਨਾਂ ਦੇ ਭਾਈ ਸਾਹਿਬ ਜਿਹੜੇ ਹੈਗੇ ਆ ਉਹ ਕੋਠੀ ਦੀ ਦੇਖਭਾਲ ਜਿਹੜੀ ਆ ਲੁੱਕ ਆਫਟਰ ਉਹੀ ਕਰਦੇ ਸੀਗੇ। ਅੱਜ ਜਦੋਂ ਉਹ ਸਵੇਰੇ ਆਏ ਆ ਸਫਾਈ ਸਫੂਈ ਕਰਨ ਜਾਂ ਪਾਣੀ ਪੂਣੀ ਛੱਡਣ ਇੱਥੇ ਟੈਂਕੀ 'ਚ, ਤਾਂ ਉਹਨਾਂ ਨੇ ਦੇਖਿਆ ਤੇ ਦਰਵਾਜ਼ੇ ਟੁੱਟੇ ਹੋਏ ਸੀਗੇ, ਘਰ LCD ਸਿਲੰਡਰ ਪ੍ਰੈਸਾਂ ਕੋਈ ਹੋਰ ਜ਼ਰੂਰੀ ਸਮਾਨ ਜਿਹੜਾ ਰਸੋਈ ਦਾ ਹੋਇਆ ਜਾਂ ਕੋਈ ਅਲਮਾਰੀ ਦੇ ਵਿੱਚੋਂ ਜਿਹੜਾ ਗਿਆ ਆ, ਜਿਹੜਾ ਇਹਨਾਂ ਨੂੰ ਨਹੀਂ ਪਤਾ, ਉਹ ਸਾਰਾ ਚੋਰੀ ਕਰਕੇ ਲੈ ਗਏ ਆ। ਅਤੇ ਰਾਤ ਭਰ ਉਹ ਅੰਦਰ ਬੈਠ ਕੇ ਬੀੜੀਆਂ ਬੂੜੀਆਂ ਫੂਕਦੇ ਰਹੇ, ਉੱਥੇ ਬੀੜੀਆਂ ਵੀ ਆ ਅਤੇ ਮਾਚਸਾਂ ਵੀ ਆ। ਅਤੇ ਇਸ ਤਰੀਕੇ ਦੇ ਨਾਲ ਦਿਨ ਬਾ ਦਿਨ ਜਿਹੜਾ ਆ ਇਹ ਚੋਰੀਆਂ ਦਾ ਸਿਲਸਿਲਾ ਬਹੁਤ ਵੱਧ ਰਿਹਾ ਆ। ਅਤੇ ਅਸੀਂ ਇਹੋ ਹੀ ਪੁਲਿਸ ਅੱਗੇ ਫਰਿਆਦ ਕਰਾਂਗੇ ਕਿ ਇਹਨਾਂ ਉੱਤੇ ਨਕੇਲ ਪਾਈ ਜਾਵੇ ਅਤੇ ਜਲਦ ਤੋਂ ਜਲਦ ਜਿਹੜਾ ਹੈਗਾ ਇਹਨਾਂ ਚੋਰਾਂ ਨੂੰ ਜਿਹੜਾ ਆ ਉਹ ਫੜਿਆ ਜਾਵੇ ਅਤੇ ਗਾਂਹ ਤੋਂ ਇਹਨਾਂ 'ਤੇ ਅੰਕਸ਼ ਲਗਾਇਆ ਜਾਵੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਆਪਣੇ, ਮੈਂ ਨਾ ਮੇਰੇ ਭਰਾ ਇੱਕ ਵੱਡਾ ਬਾਹਰ ਆ ਅਤੇ ਮੈਂ ਆ ਕੇ ਅਤੇ ਆਪਣੇ ਪਾਣੀ ਵੇਖਿਆ, ਪਾਣੀ ਦੀ ਆ ਕੇ ਟੈਂਕ ਟੂੰਕੀ ਵੇਖੀ, ਜਾ ਕੇ ਪਾਣੀ ਪੂਣੀ ਛੱਡਣਾ ਚਾਹਿਆ ਅਤੇ ਆ ਕੇ ਵੇਖਿਆ ਤਾਰ ਟੁੱਟਾ ਸੀਗਾ ਅਤੇ ਅੰਦਰ ਵੜਿਆ ਅਤੇ LCD ਹੈ ਨੀਗੀ ਅਤੇ ਆਪਣੇ ਪ੍ਰੈਸ ਹੈ ਨੀਗੀ, ਸਿਲੰਡਰ ਹੈ ਨੀਗਾ,
ਤੇ ਕੁਛ ਵੀ ਹੈ ਨੀਗਾ ਤੇ ਹੋਰ ਵੀ ਕਾਫੀ ਇਹਨਾਂ ਦਾ ਸਮਾਨ ਪਤਾ ਨੀ ਕੀ ਕੀ ਲੈ ਗਿਆ ਇਸ ਬਾਰੇ ਸਾਨੂੰ ਨੀ ਪਤਾ ਕੀ ਕੀ ਸੀ ਵਿੱਚ ਇਹਦੇ। ਪਰ ਹੁਣ ਇਹਨਾਂ ਦੇ ਚੋਰਾਂ ਤੇ ਨਕੇਲ ਪਾਉਣੀ ਚਾਹੀਦੀ ਆ, ਇਹਨਾਂ ਚੋਰਾਂ ਨੂੰ ਫੜਨਾ ਚਾਹੀਦਾ ਵਾ, ਭਜਨਾ ਸਿਖਾ ਕੇ ਜਿੱਦਾਂ ਮਰਜ਼ੀ ਇਹਨਾਂ ਚੋਰਾਂ ਤੇ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਘਰ ਦੇ ਸਾਹਮਣੇ ਵੀ ਚੋਰੀ ਹੋ ਗਈ ਇੱਕ, ਉਹ ਵੀ ਦੇਖਣੀ ਚਾਹੀਦੀ। ਇੱਕ ਹਫ਼ਤਾ ਪਹਿਲਾਂ ਸਾਡੇ ਘਰ ਦੇ ਸਾਹਮਣੇ ਚੋਰੀ ਹੋ ਗਈ, ਉਹ ਵੀ ਦੇਖਣੀ ਚਾਹੀਦੀ ਆ। ਇਹਨਾਂ ਸਾਰੀ ਕਾਰਵਾਈ ਕਰਨੀ ਚਾਹੀਦੀ ਆ। ਇਹਨਾਂ ਰਾਤ ਨੂੰ ਪੈਂਦੇ ਆ, ਜਿੰਨੇ ਵਜੇ ਪੈਂਦੇ, ਅਸੀਂ 10-11 ਵਜੇ ਤੱਕ ਤਾਂ ਅਸੀਂ ਪੂਰੀ ਰਾਖੀ ਕਰੀਦੀ ਆ, ਪਰ 10-11 ਤੋਂ ਪਿੱਛੋਂ ਇਹ ਆਉਂਦੇ ਆ। ਇਹ ਨਸ਼ਿਆਂ ਵਾਲੇ ਬੰਦੇ ਆ, ਇਹ ਆਪਣੇ ਅਫੀਮਾਂ ਵਾਲੇ ਬੰਦੇ ਆ, ਇਹਨਾਂ ਨੂੰ ਫੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।